ਪੰਜਾਬ ਵਿੱਚ ਇਸ ਵਕਤ NHAI ਤੇ ਸਰਕਾਰ ਵਿੱਚ ਕਾਫੀ ਖਿੱਚਾਤਾਣੀ ਚੱਲਦੀ ਪਈ ਹੈ, ਕਿਉਂਕਿ ਉਹਨਾਂ ਦਾ ਕਹਿਣਾ ਕਿ ਜਿਹੜੇ ਸਾਡੇ ਪ੍ਰੋਜੈਕਟ ਚੱਲਦੇ ਪਏ ਆ ਉਹਦੇ ਵਿੱਚ ਜਿਹੜੀ ਕਿ ਰੁਕਾਵਟ ਆਉਂਦੀ ਪਈ ਹੈ। ਤੇ ਇਸ ਵਕਤ ਅਸੀਂ ਨਕੋਦਰ ਦੇ ਨੇੜੇ ਇੱਕ ਪਿੰਡ ਵਿੱਚ ਮੌਜੂਦ ਹੈ ਜਿੱਥੇ ਕਿ ਦੇਖ ਸਕਦੇ ਹੋ ਕਿ 250 ਸਾਲ ਪੁਰਾਣਾ ਪੇੜ ਹੈ, ਜਿਹਨੂੰ ਬਾਬਾ ਬੋਰਡ ਵੀ ਕਿਹਾ ਜਾਂਦਾ ਵਾ। ਬਹੁਤ ਪੁਰਾਣਾ ਇਹ ਪੇੜ ਹੈਗਾ ਤੇ ਇਸ ਪਿੰਡ ਦੀ ਖਾਸੀਅਤ ਹੈਗੀ ਕਿ ਇਹ ਮੁਸਲਿਮ ਆਬਾਦੀ ਵਾਲਾ ਪਿੰਡ ਹੈ, ਕਿਉਂਕਿ ਆਜ਼ਾਦੀ ਤੋਂ ਬਾਅਦ ਜ਼ਿਆਦਾਤਰ ਜਿਹੜੇ ਲੋਕ ਪਾਕਿਸਤਾਨ ਤੋਂ ਇਸ ਪਿੰਡ ਵਿੱਚ ਰਹਿਣ ਆਏ ਸੀਗੇ। ਤੇ ਇਸ ਵਕਤ ਸਾਡੇ ਨਾਲ ਇਸ ਜਿਹੜੇ ਖੇਤ ਦੇ ਮਾਲਕ ਵੀ ਸਾਡੇ ਨਾਲ ਮੌਜੂਦ ਹੈ, ਬਲਵੀਰ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਬਲਵੀਰ ਜੀ, ਕੀ ਚੱਕਰ ਕੀ ਪੈ ਰਿਹਾ ਕਿ ਜਿਹੜਾ ਕਿ ਹੁਣ ਪੇੜ ਕੱਟਣ ਦੀ ਗੱਲ ਹੋ ਰਹੀ ਹੈ ਤੇ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ? ਹਾਂਜੀ, ਅਸੀਂ ਤੇ ਇਹੀ ਕਹਿੰਦੇ ਹਾਂ ਜੀ, ਇਹ ਜਿਹੜਾ ਬੋਰਡ ਹੈ ਇਹ ਕੱਟਿਆ ਨਾ ਜਾਵੇ ਜੀ, ਤੇ ਸਰਕਾਰ ਕਹਿੰਦੀ ਆ ਵੀ ਰੋਡ ਬਣਾਉਣਾ ਆ ਵੀ ਕੱਟਣਾ ਪੈਣਾ ਆ, ਤੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਜੀ, ਅਸੀਂ ਕੱਟਣ ਨਹੀਂ ਦੇਵਾਂਗੇ। ਕਿਉਂਕਿ ਕਾਫੀ ਲੰਬੇ ਸਮੇਂ ਤੋਂ ਪ੍ਰੋਜੈਕਟ ਵੀ ਚੱਲਦਾ ਪਿਆ, ਕਿ ਤੁਹਾਡੇ ਨਾਲ ਪਹਿਲਾਂ ਕੋਈ ਗੱਲਬਾਤ ਜਾਂ ਰਾਬਤਾ ਨਹੀਂ ਹੋਇਆ ਸੀ? ਨਹੀਂ, ਪਹਿਲਾਂ ਅੱਜ ਤੋਂ 6-7-8 ਮਹੀਨੇ ਪਹਿਲਾਂ ਹੋਇਆ ਸੀਗਾ, ਤੇ ਉਦੋਂ ਕਹਿੰਦੇ ਸੀ, ਤੇ ਉਦੋਂ ਮੈਂ ਇਹਨਾਂ ਨੂੰ ਦੱਸਿਆ ਸੀ, ਤੇ ਵੈਸੇ ਇਹ ਰੋਡ ਉਹ ਬਾਹਰ ਸਾਈਡ ਦੀ ਜਾਂਦਾ ਸੀਗਾ ਕਿਸੇ ਮੰਤਰੀ ਦੇ ਦਬਾਅ ਦਾ ਕਰਕੇ, ਤੇ ਇਹ ਰੋਡ ਇੱਥੋਂ ਦੀ ਉਹਦਾ ਮੂਹਰੇ ਸਹੀ ਰਿਹਾ, ਉਹਦਾ ਕਰਕੇ ਇਹ ਇੱਥੋਂ ਦੀ ਇਹ ਬਣਾਉਂਦੇ ਆ। ਕਿਉਂਕਿ ਬਹੁਤ ਪੁਰਾਣਾ ਇਹ ਪੇੜ ਹੈ, ਜਿਸ ਤਰ੍ਹਾਂ ਪਤਾ ਲੱਗ ਰਿਹਾ ਕਿ 250 ਸਾਲ ਪੁਰਾਣਾ ਕਿਹਾ ਜਾ ਰਿਹਾ ਵਾ, ਕਿਉਂਕਿ ਆਕਸੀਜਨ ਬਹੁਤ ਜ਼ਿਆਦਾ ਦਿੰਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ, ਤੇ ਕਿੰਨਾ ਕੁ ਔਖਾ ਹੋਊਗਾ, ਕਿਉਂਕਿ ਸਿੱਧਾ ਕੇਂਦਰ ਦੇ ਨਾਲ ਮੱਥਾ ਲਾਉਣ ਵਾਲੀ ਗੱਲ ਹੈ? ਦੇਖੋ ਜੀ, ਜਿਹੜਾ ਮੱਥਾ ਲਾਉਣ ਵਾਲੀ ਗੱਲ ਹੈ, ਚਲੋ ਸਰਕਾਰਾਂ ਨਾਲ ਮੱਥੇ ਤਾਂ ਵੈਸੇ ਨਹੀਂ ਲੱਗਦੇ, ਪਰ ਜਦੋਂ ਲੋੜ ਪਵੇ ਤਾਂ ਲਾਉਣਾ ਵੀ ਪਊਗਾ। ਤੇ ਦੇਖੋ, ਇਹ 250 ਸਾਲ ਪੁਰਾਣਾ ਦਰਖਤ ਆ, ਸਾਡੇ ਜਦੋਂ ਬਜ਼ੁਰਗ ਬਾਬੇ ਨੂੰ ਦੱਸਦੇ ਆ ਵੀ ਇੰਨਾ ਆ, ਇਹਦੇ ਇਹਦੇ ਉੱਤੇ ਦੇਖੋ ਹਜ਼ਾਰਾਂ ਹੀ ਜਾਨਵਰ ਰਹਿੰਦਾ ਥੱਲੇ, ਆਕਸੀਜਨ ਕਿੰਨੀ ਛਾਂ, ਆ ਪਸ਼ੂ ਪਲਦੇ ਆ ਲੋਕ, ਜਦੋਂ ਬਿਹਾਰੀ ਬਾਹਰੋਂ ਝੋਨਾ ਲਾਉਣ ਆਉਂਦੇ ਇੱਥੇ 2-2 ਘੰਟੇ ਦੁਪਹਿਰ ਨੂੰ ਆਰਾਮ ਕਰਕੇ ਜਾਂਦੇ ਆ, ਹੈਗਾ ਤਾਂ ਸਾਰਿਆਂ ਦਾ ਫਾਇਦਾ, ਅਤੇ ਨਾਲੇ ਆਉਣ ਵਾਲੀਆਂ ਪੀੜ੍ਹੀਆਂ 'ਚ ਇਹ ਜਿਹੜਾ ਦਰਖਤ ਆ ਇਹਦੀ ਯਾਦਗਾਰ ਰਹਿ ਜੂਗੀ। ਪਿੰਡ ਸਹਿਮ ਦਰਖਤ ਹੈਗਾ ਸੀ ਵੀ ਬਾਬਾ ਬੋਰਡ ਦਾ ਜਿਹੜਾ ਦਰਖਤ ਆ ਬਹੁਤ ਪੁਰਾਣਾ ਆ, ਕੋਈ ਯਾਦਗਾਰ ਰਹਿ ਜੂਗੀ। ਜਿਸ ਤਰ੍ਹਾਂ ਤੁਸੀਂ ਦੱਸ ਰਹੇ ਸੀਗੇ ਕਿ ਪਿੰਡ ਦਾ ਇਤਿਹਾਸ ਰਿਹਾ, ਕਿ ਤੁਸੀਂ ਵੀ ਪਾਕਿਸਤਾਨ ਤੋਂ ਇੱਥੇ ਆ ਕੇ ਵਸੇ ਹੈਗੇ ਹੋ, ਤੇ ਪਿੰਡ ਦੇ ਜ਼ਿਆਦਾਤਰ ਆਬਾਦੀ ਫਿਰ ਮੁਸਲਿਮ ਆਬਾਦੀ ਹੈਗੀ ਇੱਥੇ ਇਸ ਟਾਈਮ? ਹਾਂਜੀ, ਨਹੀਂ, ਹੁਣ ਤਾਂ ਐਸੀ ਭਾਈਚਾਰਾ ਆ, ਪਹਿਲਾਂ ਮੁਸਲਮਾਨਾਂ ਦਾ ਪਿੰਡ ਸੀਗਾ ਜੀ ਇਹ ਬਾਜਾ। ਹਾਂਜੀ ਹਾਂਜੀ। ਤੇ ਇਸ ਥਾਂ ਤੇ ਵੀ ਕੁਝ ਮੇਲੇ ਵਗੈਰਾ ਹੁੰਦੇ ਸੀ ਫਿਰ? ਇਸ ਥਾਂ ਤੇ ਬਹੁਤ ਨਕਲਾਂ ਲੱਗਦੀਆਂ ਹੁੰਦੀਆਂ ਸੀ ਰਾਤ ਨੂੰ, ਕਹਿੰਦੇ ਦਿਨੇ ਜਿੱਦਾਂ ਲੋਕ ਸਿਆਣੇ ਬਜ਼ੁਰਗ ਬਹਿ ਬੂ ਕੇ ਜਿੱਦਾਂ ਤਾਸ਼ ਖੇਡਦੇ ਸੀ, ਜਿੱਦਾਂ ਸੱਤ ਜਿੱਦਾਂ ਬਹੁਤ ਰੌਣਕਾਂ ਲੱਗੀਆਂ ਹੁੰਦੀਆਂ। ਹਾਂਜੀ। ਤੇ ਬਾਪੂ, ਕਿੰਨੇ ਟਾਈਮ ਪਹਿਲਾਂ ਫਿਰ ਇੱਥੇ ਕੱਟਣ ਵਾਸਤੇ ਆਏ ਸੀਗੇ ਉਹ ਲੋਕ, ਤੇ ਫਿਰ ਕਿਸ ਤਰ੍ਹਾਂ ਤੁਸੀਂ ਰੋਕਿਆ ਉਹਨਾਂ ਨੂੰ? ਇਹ 6-7 ਮਹੀਨੇ ਹੋਏ ਆ, ਉਦੋਂ ਉਹਨਾਂ ਦੇ ਬਾਈ ਸੀ ਬੰਦੇ ਆਏ ਸੀ, ਕਹਿੰਦੇ ਅਸੀਂ ਬੋਰਡ ਵੱਢਣ ਲੱਗੇ ਹਾਂ, ਉਹ ਅਜੇ ਥੋੜ੍ਹੀਆਂ ਜਿਹੀਆਂ ਬਾਹਰਲੇ ਵੱਲੋਂ ਛਾਪੀਆਂ ਹੀ ਲਾਈਆਂ ਸੀ, ਤੇ ਮੈਂ ਭਜਾਏ, ਫਿਰ ਮੈਂ ਕਿਹਾ ਭੱਜ ਜਾਓ ਇੱਥੋਂ, ਮੈਂ ਨਹੀਂ ਵੱਢਣ ਦੇਣਾ, ਫਿਰ ਉਹ ਚੱਲ ਗਿਆ ਮੁੜ ਕੇ, ਅਜੇ ਹਾਲਤ ਹੀ ਘੜੀ ਤਾਂ ਨਹੀਂ ਕੋਈ ਹੈ। ਬਾਪੂ ਜੀ, ਉਹ ਤੋਂ ਬਾਅਦ ਕੋਈ ਪ੍ਰਸ਼ਾਸਨ ਦਾ ਬੰਦਾ ਫਿਰ ਤੁਹਾਡੇ ਨਾਲ ਆਇਆ ਗੱਲਬਾਤ ਕਰਨ ਲਈ ਫਿਰ, ਕਿਉਂਕਿ ਕਿਉਂਕਿ ਜਦੋਂ ਤੁਸੀਂ ਇੱਕ ਸਰਕਾਰੀ ਮੁਲਾਜ਼ਮ ਜੁੜਾਉਂਦੇ ਪਿਓ, ਤਾਂ ਫਿਰ ਇੱਥੇ ਦੇ ਪ੍ਰਸ਼ਾਸਨਿਕ SGM ਵਗੈਰਾ ਕੋਈ ਆਇਆ? ਪ੍ਰਸ਼ਾਸਨ ਨਹੀਂ, ਇੱਕ ਪ੍ਰਸ਼ਾਸਨ ਨੂੰ ਤਾਂ ਮੌਕਾ ਦੇਖ ਕੇ ਗਏ ਆ ਜੀ, ਤੇ ਚਲੋ ਉਹਨਾਂ ਨੇ ਹਜੇ ਮੈਨੂੰ ਬਾਹਲਾ ਨਹੀਂ ਸਖਤੀ ਨਾਲ ਤਾਂ ਨਹੀਂ ਕਿਹਾ ਵੀ ਮੈਂ ਤੁਹਾਨੂੰ ਕਹਾਂ ਬਈ, ਤੇ ਉੱਦਾਂ ਉਹ ਕਹਿੰਦੇ ਸੀ ਵੀ ਵੱਢਣਾ ਪੈਣਾ। ਪਰ ਲੱਗਦਾ ਹੁਣ ਕੀ ਤੁਹਾਡੇ ਵੱਲੋਂ ਫਿਰ ਵੀ ਕੀਤਾ ਜਾਊਗਾ ਪ੍ਰੋਟੈਸਟ ਵਗੈਰਾ, ਪਿੰਡ ਵਾਲੇ ਨਾਲ ਸਾਥ ਦਊਗੇ? ਹਾਂਜੀ, ਆਪਾਂ ਪਿੰਡ ਵਾਲੇ ਵੀ ਦੇਣਗੇ, ਹੋਰ ਬਾਹਰੋਂ ਵੀ ਮੈਨੂੰ ਜਿੱਦਾਂ ਜਥੇਬੰਦੀਆਂ, ਹੋਰ ਜਿੱਦਾਂ ਕਿਸਾਨ ਯੂਨੀਅਨ ਵਾਲਿਆਂ ਦੀ ਗੱਲਬਾਤ ਹੋਈ ਤੁਹਾਡੀ ਉਹਨਾਂ ਨਾਲ? ਹਾਂਜੀ, ਉਹ ਮੈਨੂੰ ਸਾਥ ਦੇਣਗੇ ਪੂਰਾ ਜੀ। ਅੱਛਾ, ਹਾਂਜੀ, ਯਾਨੀ ਕਿ ਉਹ ਕਿਸਾਨ ਜਥੇਬੰਦੀਆਂ ਨੇ ਕਹਿ ਦਿੱਤਾ ਕਿ ਅਸੀਂ ਵੀ ਕੱਟਣ ਨਹੀਂ ਦੇਵਾਂਗੇ? ਹਾਂਜੀ। ਤੇ ਹੋਰ ਫਿਰ ਕੀ ਇਤਿਹਾਸ ਰਿਹਾ ਇਸ ਪੇੜ ਦਾ, ਕੋਈ ਹੋਰ ਕੋਈ ਖਾਸ ਗੱਲਬਾਤ ਜਿਹੜੀ ਰਹੀ ਹੋਵੇ, ਕਿਉਂਕਿ 250 ਸਾਲ ਪੁਰਾਣਾ ਪੇੜ ਹੈ, ਇੱਕ ਲੰਬੇ ਸਮੇਂ ਤੋਂ ਪੇੜ ਇੱਥੇ ਹੈਗਾ ਵਾ? ਦੇਖੋ ਜੀ, ਮੇਰੀ ਤਾਂ ਉਮਰ 62 ਸਾਲ ਹੋ ਗਈ ਆ, ਤੇ ਮੇਰੇ ਬਜ਼ੁਰਗ ਮਰੇ ਨੂੰ ਵੀ 6 ਦਾ ਮਰੇ ਆ, ਉਹਨਾਂ ਨੂੰ ਵੀ 8-10-15 ਸਾਲ ਹੋ ਗਏ ਆ, ਪਰ ਉਹ ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਇਹ ਪੇੜ ਇੱਦਾਂ ਹੀ ਰਿਹਾ, ਤੇ ਉਹ ਕਹਿੰਦੇ ਸਾਡਾ ਦਾਦਾ ਜੀ ਵੀ ਦੱਸਦੇ ਹੁੰਦੇ ਵੀ ਜਦੋਂ ਅਸੀਂ ਪਾਕਿਸਤਾਨੋਂ ਆਏ ਤਕੜਾ ਸੀ ਦਰਖਤ। ਅੱਛਾ, ਹਾਂਜੀ, ਇਹ ਹੁਣ ਇਸ ਵੇਲੇ ਵੀ 4 ਕਨਾਲ 'ਚ ਪਿਛਿਆ ਪਿਆ ਜੀ। ਜੇ ਹੁਣ ਦੁਬਾਰਾ ਕੱਟਣ ਆਉਂਦੇ ਤਾਂ ਫਿਰ ਕਿਸ ਤਰ੍ਹਾਂ ਉਹਨਾਂ ਨੂੰ ਰੋਕਿਆ ਜਾਊਗਾ? ਦੇਖੋ ਜੀ, ਕੋਸ਼ਿਸ਼ ਆਪਦੀ ਪੂਰੀ ਕਰਾਂਗੇ ਵੀ ਨਹੀਂ ਕੱਟਣ ਦੇਵਾਂਗੇ,
ਬਾਕੀ ਹੁਣ ਸਰਕਾਰ ਨਾਲ ਤੁਸੀਂ ਦੇਖ ਲਓ, ਮੋਦੀ ਸਰਕਾਰ ਸੈਂਟਰ ਸਰਕਾਰ ਲਾ ਲਓ ਵੀ ਉਹਦੇ ਨਾਲ ਧੱਕਾ ਕਰ ਲੈਣਗੇ, ਪ੍ਰਸ਼ਾਸਨ ਲਿਆ ਕੇ ਧੱਕਾ ਕਰ ਲੈਣਗੇ, ਮੈਨੂੰ ਫੜ ਕੇ ਜੇਲ੍ਹ 'ਚ ਦੇ ਦੇਣਗੇ, ਉਹਦੀ ਵੱਢ ਹੀ ਜਾਣਾ ਵੇ। ਯਾਨੀ ਕਿ ਐਂਡ ਤੱਕ ਤੁਸੀਂ ਲੜਨਾ ਸੋਚਿਆ? ਹਾਂਜੀ ਹਾਂਜੀ।